ਚਲੋ ਜੀ, ਕਿੰਨੀਆਂ ਇਸਤਰੀਆਂ ਸੀਗੀਆਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਜਾਂ ਜਿਨ੍ਹਾਂ ਨੂੰ ਜਿਹੜਾ ਸੀਗਾ ਉਹਨਾਂ ਸ਼ਹੀਦ ਕੀਤਾ ਤੁਹਾਡੇ ਪਰਿਵਾਰ ਨੇ? 17 ਬੱਚੇ ਤੇ ਇਸਤਰੀਆਂ ਸੀ ਜੀ, 4 ਭਰਾਵਾਂ ਦੀਆਂ। ਤੇਈ ਅਗਸਤ ਨੂੰ ਜੋ ਹੈ 10,000 ਤੋਂ ਉੱਤੇ ਮੁਸਲਮਾਨਾਂ ਨੇ ਪਰਿਵਾਰ ਦੀ ਹਵੇਲੀ ਨੂੰ ਜੋ ਰਸੂਲ ਬਖਸ਼ ਨਾਂ ਦੇ ਮੁਸਲਮਾਨ ਦੀ ਅਗਵਾਈ ਦੇ ਵਿੱਚ ਘੇਰਾ ਪਾ ਲਿਆ। ਉਹਨਾਂ ਸੁਨੇਹਾ ਭੇਜਿਆ ਕਿ ਚਾਵਲੋ, ਜਾਂ ਤਾਂ ਤੁਸੀਂ ਬਣ ਜਾਓ ਮੁਸਲਮਾਨ, ਇਸਲਾਮ ਕਬੂਲ ਲਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿਣਾ, ਅਤੇ ਜਾਂ ਫਿਰ ਅਸੀਂ ਤੁਹਾਨੂੰ ਸਾਰਿਆਂ ਨੂੰ ਦੇਣਾ ਮਾਰ। ਪਰਿਵਾਰ ਨੇ ਉਹਨਾਂ ਨੂੰ ਧਰਮ ਬਦਲਣ ਤੋਂ ਕੋਰੀ ਨਾ ਕਰਤੀ ਵੀ ਅਸੀਂ ਇਹ ਧਰਮ ਜਿਹੜਾ ਆਪਣਾ ਸਿੱਖੀ ਧਰਮ ਕਦੀ ਵੀ ਨਹੀਂ ਛੱਡਣਾ, ਅਤੇ ਅਸੀਂ ਤੁਹਾਡੇ ਨਾਲ ਲੜਦੇ ਹੋਏ ਸ਼ਹੀਦ ਹੋ ਜਾਵਾਂਗੇ। ਇਸਤਰੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸਾਨੂੰ ਤੁਸੀਂ ਆਪਣੇ ਹੱਥੀਂ ਸ਼ਹੀਦ ਕਰਕੇ ਜਾਓ। ਐਡਾ ਵੱਡਾ ਫੈਸਲਾ ਪਰਿਵਾਰ ਨੇ ਲਿਆ। ਇਕੱਲੀ ਇਕੱਲੀ ਇਸਤਰੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ, ਜਿਹਦੇ ਜਿਹਦੇ ਫੈਮਿਲੀ ਮੈਂਬਰ ਦੇ ਉਹ ਇਸਤਰੀ ਸਨ, ਬੱਚੇ ਸਨ, ਉਸ ਮੈਂਬਰ ਨੇ ਆਪਣੇ ਹੱਥੀਂ ਸ਼ਹੀਦ ਕੀਤੇ। ਉਸ ਵਕਤ ਦੇ ਹੁਕਮਰਾਨਾਂ ਨੇ ਆਪਣੀ ਹਕੂਮਤ ਕਾਇਮ ਰੱਖਣ ਲਈ, ਚਾਹੇ ਉਹ ਪੰਡਿਤ ਨਹਿਰੂ ਸੀ, ਚਾਹੇ ਉਹ ਮੁਹੰਮਦ ਅਲੀ ਜਿਨਾਹ ਸੀ, ਐਡਾ ਵੱਡਾ ਜੋ ਹੈ ਉਹਨਾਂ ਦੀ ਇੱਕ ਕਹਿ ਲਓ ਕਿ ਆਪਣੀ ਸੱਤਾ ਦੀ ਲਾਲਸਾ ਦੇ ਲਈ ਐਡਾ ਵੱਡਾ ਕਤਲੇਆਮ ਹੋ ਗਿਆ, ਜਿਹਦੇ ਵਿੱਚ ਕਿ ਹਿੰਦੂ, ਮੁਸਲਮਾਨ, ਸਿੱਖ ਤਕਰੀਬਨ 10 ਲੱਖ ਬੰਦਾ ਜੋ ਹੈ ਮਾਰਿਆ ਗਿਆ। ਹੁਣ ਤੁਸੀਂ ਕਦੀ ਗੱਲਬਾਤ ਨਹੀਂ ਕੀਤੀ ਕਿ ਉਹ ਸੈੱਲ ਕਿਉਂ ਉਤਾਰ ਦਿੱਤੀ ਗਈ? ਜੇਕਰ ਉਤਾਰੀ ਗਈ ਤਾਂ ਕਿਸੇ ਹੋਰ ਜਗ੍ਹਾ 'ਤੇ ਜਿਹੜੀ ਆ ਉਹ ਲਗਾ ਦਿੱਤੀ ਜਾਵੇ, ਤਾਂ ਜੋ ਕਿ ਲੋਕ ਇਗਜ਼ੈਂਪਲ ਜਿਹੜੀ ਆ ਉਹ ਸੈੱਟ ਜਿਹੜੀ ਤੁਹਾਡੇ ਪਰਿਵਾਰ ਵੱਲੋਂ ਕੀਤੀ ਗਈ ਉਹਨੂੰ ਯਾਦ ਕਰ ਸਕਣ? ਵੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਲ ਤਾਂ ਤੁਸੀਂ ਦੇਖਦੇ ਹੀ ਪਏ ਹੋ, ਰੋਜ਼ ਕੀ ਹੋਣ ਡਿਆ ਉੱਥੋਂ ਦੇ ਜੋ ਮੈਨੇਜਮੈਂਟ ਹੈ ਉੱਥੋਂ ਦੀ ਸੱਤਾ। ਸੁੰਦਰੀਕਰਨ ਦੇ ਨਾਂ 'ਤੇ ਉਹਨਾਂ ਨੇ ਉਹ ਜੋ ਉੱਥੋਂ ਦੀ ਯਾਦਗਾਰ ਉਤਾਰੀ ਹੈ, ਉਹਨਾਂ ਦਾ ਫਰਜ਼ ਬਣਦਾ ਸੀ ਕਿ ਲੋਕ, ਸਾਡੀ ਜੋ ਆਉਣ ਵਾਲੀਆਂ ਪੀੜ੍ਹੀਆਂ ਉੱਥੋਂ ਪ੍ਰੇਰਣਾ ਲੈਣ। ਆਜ਼ਾਦੀ ਦਾ ਨਿੱਘ ਮਾਣਦਿਆਂ ਬੇਸ਼ੱਕ ਸਾਨੂੰ 78 ਵਰੇ ਹੋ ਚੁੱਕੇ ਨੇ, ਲੇਕਿਨ ਸ਼ਾਇਦ ਉਹ ਯਾਦਾਂ ਵੀ ਯਾਦ ਆਉਂਦੀਆਂ ਨੇ ਜਦੋਂ ਉਹ ਖੂਨੀ ਸਾਕਾ ਹੋਇਆ ਸੀ, ਜਿਸ ਨੂੰ ਲੈ ਕੇ ਅਕਸਰ ਹੀ ਜਦੋਂ ਅਸੀਂ ਨੂੰ ਯਾਦ ਕਰਦੇ ਹਾਂ ਤਾਂ ਜ਼ਰੂਰ ਅੱਖਾਂ ਨਮ ਹੋ ਜਾਂਦੀਆਂ ਨੇ, ਕਿਸੇ ਜਗ੍ਹਾ ਦੇ ਉੱਤੇ ਅੱਖਾਂ ਦੇ ਵਿੱਚ ਖੂਨ ਵੀ ਉੱਭਰਦਾ ਹੈ ਕਿ ਜੋ ਹਾਲਾਤ ਉਸ ਵੇਲੇ ਬਣੇ ਸਨ ਉਸਦਾ ਜ਼ਿੰਮੇਵਾਰ ਕੌਣ ਸੀ? ਇਸ ਮੁਹੱਬਤ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਕਰਨਪਾਲ ਸਿੰਘ ਚਾਵਲਾ ਜੀ, ਨੌਰਦਰਨ ਰੇਲਵੇ ਦੇ ਮੈਂਬਰ ਵੀ ਨੇ। ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੇ ਬਹੁਤ ਵੱਡੀ ਕੁਰਬਾਨੀ ਜਿਹੜੀ ਹੈ ਇਹਨਾਂ ਦੇ ਪਰਿਵਾਰ ਦੀ ਹੈ 1947 ਦੇ ਦਹਾਕੇ ਦੇ ਮੌਕੇ 'ਤੇ। ਚਾਵਲਾ ਜੀ, ਕੀ ਕਹਿਣਾ ਚਾਹੋਗੇ 1947 ਦੇ ਵਿੱਚ ਤੋਂ ਲੈ ਕੇ 78 ਵਰੇ ਹੋ ਚੁੱਕੇ ਨੇ, ਅੱਜ ਵੀ ਜਦੋਂ ਇਹ ਦਿਨ ਆਉਂਦੇ ਨੇ ਕਿਸ ਤਰ੍ਹਾਂ ਘਰ ਦੇ ਵਿੱਚ ਹਾਲਾਤ ਰਹਿੰਦੇ ਨੇ, ਔਰ ਕੀ ਮੂਵਮੈਂਟ ਸੀਗੇ ਉਸ ਵੇਲੇ, ਔਰ ਜੋ ਹਾਲਾਤ ਸੀਗੇ ਉਹ ਕੀ ਹਾਲਾਤ ਸੀਗੇ? ਸਭ ਤੋਂ ਪਹਿਲਾਂ ਤਾਂ ਜੀ, ਪੰਜਾਬੀ ਲੋਕ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਾਡਾ ਜੋ ਚਾਵਲਾ ਪਰਿਵਾਰ ਹੈ ਇਹ ਲਹਿੰਦੇ ਪੰਜਾਬ ਦੇ ਪਿੰਡ ਸਪਨਾਲਾ, ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਕੰਮੋਕੇ ਵਿਖੇ ਰਹਿੰਦਾ ਸੀ। ਬੜਾ ਰਾਜਦਾ ਪੁੱਜਦਾ ਪਰਿਵਾਰ ਗਿਣਿਆ ਜਾਂਦਾ ਸੀ ਲਹਿੰਦੇ ਪੰਜਾਬ ਦਾ। ਸਾਰੀਆਂ ਮਿੱਲਾਂ ਦੇ ਸਾਰੇ ਕਾਰੋਬਾਰਾਂ ਦੇ ਇਹਨਾਂ ਕੋਲ ਲਾਇਸੈਂਸ ਠੇਕੇ ਸਨ। ਮਤਲਬ ਕਹਿ ਲਈਏ ਕਿ ਉਸ ਟਾਈਮ ਸਾਰੇ ਪੰਜਾਬ ਦੇ ਜਿੰਨੇ ਆ ਉੱਥੋਂ ਦੇ ਗੁਜਰਾਂਵਾਲੇ ਦੇ ਆਲੇ ਦੁਆਲੇ ਦੇ ਸਾਰੇ ਪਿੰਡ ਜ਼ਿਲ੍ਹੇ ਜਿਹੜੇ ਸੀ ਉਹਨਾਂ 'ਚ ਬੜਾ ਸੰਪੰਨ ਪਰਿਵਾਰ ਗਿਣਿਆ ਜਾਂਦਾ ਸੀ। ਆਜ਼ਾਦੀ ਤੋਂ ਬਾਅਦ 23 ਅਗਸਤ ਨੂੰ
ਪਰਿਵਾਰ ਸਾਰਾ ਅਜੇ ਉੱਥੇ ਹੀ ਸੀ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਚੀਜ਼ ਹੋ ਜਾਣੀ ਹੈ। ਅਤੇ 23 ਅਗਸਤ ਨੂੰ ਜੋ ਹੈ 10,000 ਤੋਂ ਉੱਤੇ ਮੁਸਲਮਾਨਾਂ ਨੇ ਪਰਿਵਾਰ ਦੀ ਹਵੇਲੀ ਨੂੰ ਜੋ ਰਸੂਲ ਬਖਸ਼ ਨਾਂ ਦੇ ਮੁਸਲਮਾਨ ਦੀ ਅਗਵਾਈ ਦੇ ਵਿੱਚ ਘੇਰਾ ਪਾ ਲਿਆ, ਕਿਉਂਕਿ ਪਿੰਡ ਥਪਨਾਲਾ ਨੂੰ ਚਾਵਲਾ ਬਾਜਵਾ ਪਿੰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉੱਥੇ ਚਾਵਲੇ ਅਤੇ ਬਾਜਵੇ ਕਾਫੀ ਗਿਣਤੀ ਵਿੱਚ ਰਹਿੰਦੇ ਸਨ। ਅਤੇ ਪਿੰਡ ਦੀ ਹਵੇਲੀ ਨੂੰ ਘੇਰਾ ਪਾਉਣ ਤੋਂ ਬਾਅਦ ਉਹਨਾਂ ਸੁਨੇਹਾ ਭੇਜਿਆ ਕਿ ਚਾਵਲੋ, ਜਾਂ ਤਾਂ ਤੁਸੀਂ ਬਣ ਜਾਓ ਮੁਸਲਮਾਨ, ਇਸਲਾਮ ਕਬੂਲ ਲਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿਣਾ, ਅਤੇ ਜਾਂ ਫਿਰ ਅਸੀਂ ਤੁਹਾਨੂੰ ਸਾਰਿਆਂ ਨੂੰ ਦੇਣਾ ਮਾਰ। ਪਰਿਵਾਰ ਦੇ ਜਿਹੜੇ 4 ਭਰਾ ਸਨ ਵੱਡੀ ਹਵੇਲੀ ਵਿੱਚ ਰਹਿੰਦੇ ਸਨ, ਉਹਨਾਂ ਨੇ ਆਪਸ 'ਚ ਸਲਾਹ ਕੀਤੀ, ਕਿਉਂਕਿ ਬਾਹਰ ਬੜੀ ਵੱਢ ਟੁੱਕ ਹੋ ਰਹੀ ਸੀ, ਜੋ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ, ਜੋ ਹਰ ਸਾਲ ਮਨਾਉਂਦੇ ਸਨ, ਕਿਉਂਕਿ ਹੁਣ ਉਹਨਾਂ 'ਚੋਂ ਜਿਹੜਾ ਮੌਕੇ ਦਾ ਜਿਹੜਾ ਸੀ ਉਹ ਤਾਂ ਕੋਈ ਵੀ ਨਹੀਂ ਰਿਹਾ, ਸਾਰੇ ਸਵਰਗਵਾਸ ਹੋ ਚੁੱਕੇ ਨੇ। ਪਰ ਹਰ ਸਾਲ ਅਸੀਂ ਉਹਨਾਂ ਨਾਲ ਜਿਵੇਂ ਮਨਾਉਂਦੇ ਹਾਂ, ਜੋ ਸਾਨੂੰ ਉਹਨੂੰ ਦੱਸਦੇ ਹਨ ਕਿ ਪਰਿਵਾਰ ਨੇ ਉਹਨਾਂ ਨੂੰ ਧਰਮ ਬਦਲਣ ਤੋਂ ਕੋਰੀ ਨਾ ਕਰਤੀ ਵੀ ਅਸੀਂ ਇਹ ਧਰਮ ਜਿਹੜਾ ਆਪਣਾ ਸਿੱਖੀ ਧਰਮ ਕਦੀ ਵੀ ਨਹੀਂ ਛੱਡਣਾ, ਅਤੇ ਅਸੀਂ ਤੁਹਾਡੇ ਨਾਲ ਲੜਦੇ ਹੋਏ ਸ਼ਹੀਦ ਹੋ ਜਾਵਾਂਗੇ। ਅਤੇ ਇਹ ਜਦੋਂ ਸੁਣਿਆ ਗਿਆ ਅਤੇ ਘਰ ਦੀਆਂ ਇਸਤਰੀਆਂ ਬੱਚਿਆਂ ਨੇ ਕਿਹਾ ਵੀ ਤੁਸੀਂ ਤਾਂ ਲੜਦੇ ਹੋਏ ਪਤਾ ਨਹੀਂ ਸ਼ਹੀਦ ਹੋ ਜਾਣਾ ਹੈ, ਅਤੇ ਸਾਡਾ ਕੀ ਬਣੇਗਾ। ਪਰਿਵਾਰ ਵੱਲੋਂ, ਇਸਤਰੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸਾਨੂੰ ਤੁਸੀਂ ਆਪਣੇ ਹੱਥੀਂ ਸ਼ਹੀਦ ਕਰਕੇ ਜਾਓ। ਐਡਾ ਵੱਡਾ ਫੈਸਲਾ ਪਰਿਵਾਰ ਨੇ ਲਿਆ। ਇਕੱਲੀ ਇਕੱਲੀ ਇਸਤਰੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ, ਜਿਹਦੇ ਜਿਹਦੇ ਫੈਮਿਲੀ ਮੈਂਬਰ ਦੇ ਉਹ ਇਸਤਰੀ ਸਨ, ਬੱਚੇ ਸਨ, ਉਸ ਮੈਂਬਰ ਨੇ ਆਪਣੇ ਹੱਥੀਂ ਸ਼ਹੀਦ ਕੀਤੇ, ਤਾਂ ਜੋ ਪਰਿਵਾਰ ਨੂੰ ਜੇ ਆਪਣਾ ਲੜਦੇ ਹੋਏ ਅਸੀਂ ਉਹਨਾਂ ਨਾਲ ਸ਼ਹੀਦ ਹੋ ਜਾਈਏ, ਇਸਤਰੀਆਂ ਬੱਚਿਆਂ 'ਤੇ ਕੋਈ ਮੁਸ਼ਕਲ ਨਾ ਆਵੇ। ਉੱਥੇ ਇਹਨਾਂ ਕੋਲ ਕੱਪੜਿਆਂ ਦੀਆਂ ਏਜੰਸੀਆਂ ਥਾਨ ਸਨ, ਉਹਨਾਂ ਦੇ ਉੱਤੇ ਸਾਡੇ ਬਜ਼ੁਰਗ ਦੱਸਦੇ ਕਿ ਹਵੇਲੀ 'ਚ ਉਹਨਾਂ ਨੂੰ ਆਪਣਾ ਉਹਨਾਂ ਦਾ ਉੱਥੇ ਕੱਪੜਿਆਂ ਦੇ ਥਾਨਾਂ 'ਤੇ ਸੰਸਕਾਰ ਕੀਤਾ। ਅਤੇ ਮੁਸਲਮਾਨਾਂ ਦਾ ਜਿਹੜਾ ਆਗੂ ਸੀ ਰਸੂਲ ਬਖਸ਼, ਉਹਨੇ ਜਦੋਂ ਇੱਕ ਲਫ਼ਜ਼ ਇਹ ਸਾਨੂੰ ਸੁਨੇਹਾ ਭੇਜਿਆ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਆਇਆ ਸਾਡੇ ਕੋਲ ਪਰਿਵਾਰ ਕੋਲ ਵੱਡਿਆਂ ਸਾਡਿਆਂ ਕੋਲ ਕਿ ਤੁਹਾਨੂੰ ਸਾਰਿਆਂ ਨੂੰ ਕੱਢ ਦਿੰਦੇ ਹਾਂ, ਜੋ ਸੋਨਾ ਗਹਿਣਾ ਇਹਨਾਂ ਕਹਿ ਲੈ ਲਓ ਕੋਈ ਨਹੀਂ, ਸੋਨਾ ਪਰਿਵਾਰ ਕੋਲ ਬਹੁਤ ਸੀ, ਮਤਲਬ ਤੁਹਾਨੂੰ ਦੱਸਿਆ ਬਹੁਤ ਸੰਪੰਨ ਪਰਿਵਾਰ ਸੀ। ਅਤੇ ਨਾਲ ਹੀ ਉਹਨਾਂ ਕਹਿ ਇੱਕ ਬਾਜਵਿਆਂ ਦੀ ਇੱਕ ਇਸਤਰੀ, ਉਹਦਾ ਸਾਡੇ ਨਾਲ ਨਿਕਾਹ ਜਿਹੜਾ ਤੁਸੀਂ ਪੜਵਾਓ। ਜਦੋਂ ਇਹ ਗੱਲ ਪਰਿਵਾਰ ਨੇ ਸੁਣੀ ਤਾਂ ਉਸੇ ਵੇਲੇ ਸਾਡੇ ਪਰਿਵਾਰ ਦੇ ਜਿਹੜੇ ਵੱਡੇ ਹਨ ਉਹਨਾਂ ਨੇ ਉਹਦਾ ਰਸੂਲ ਬਖਸ਼ ਦਾ ਜਿਹੜਾ ਸਿਰ ਕਲਮ ਕਰਤਾ, ਉਹਦਾ ਧੌਣ ਲਾ ਕੇ ਗੋਰੀ 'ਚ ਪਾ ਕੇ ਉਹਨੂੰ ਬਾਹਰ ਸੁੱਟਤਾ। ਉਸ ਤੋਂ ਬਾਅਦ ਉਹਨਾਂ ਨੇ ਇਸਤਰੀਆਂ ਦਾ ਫਿਰ ਇਹ ਪੁੱਛਿਆ, ਇਸਤਰੀਆਂ ਨੇ ਕਿਹਾ ਵੀ ਸਾਨੂੰ ਸਾਰਿਆਂ ਨੂੰ ਤੁਸੀਂ ਆਪਣੇ ਹੱਥੀਂ ਸ਼ਹੀਦ ਕਰੋ। ਇਸ ਤਰ੍ਹਾਂ ਉਹ ਬੱਚੇ ਆਪਣੇ ਹੱਥੀਂ ਸ਼ਹੀਦ ਕਰਕੇ ਪੈਦਲ ਉੱਥੋਂ ਸਾਰਾ ਜੋ ਵੀ ਹੈ ਆਪਣਾ ਖਾਲੀ ਹੱਥ ਆਏ, ਪੈਲੀ ਉਹ ਪੈਲੀ ਹੁੰਦੇ ਹੋਏ ਰਾਹ 'ਚ ਲੜਦੇ ਹੋਏ, ਜਿੱਥੇ ਕਿਤੇ ਜੋ ਲੜਾਈ ਦੀ ਜ਼ਰੂਰਤ ਪਈ, ਜਿੱਥੇ ਜਿਵੇਂ ਵੀ ਹੈ, ਅਤੇ ਖਾਲੀ ਹੱਥ ਪਰਿਵਾਰ ਇੱਥੇ ਅੰਮ੍ਰਿਤਸਰ ਆਇਆ। ਇੱਥੇ ਆ ਕੇ ਦੁਬਾਰਾ ਸਾਡਿਆਂ ਵਡੇਰਿਆਂ ਨੇ ਸ਼ਾਦੀਆਂ ਕਰਾਈਆਂ, ਉੱਤੋਂ ਫਿਰ ਪਰਿਵਾਰ ਅੱਗੋਂ ਵਧਿਆ ਫਲਿਆ ਅਤੇ ਸਾਰਾ ਇਸ ਤਰ੍ਹਾਂ ਹੀ ਚੱਲਿਆ। ਚਲੋ ਜੀ, ਕਿੰਨੀਆਂ ਇਸਤਰੀਆਂ ਸੀਗੀਆਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਜਾਂ ਜਿਨ੍ਹਾਂ ਨੂੰ ਜਿਹੜਾ ਸੀਗਾ ਉਹਨਾਂ ਸ਼ਹੀਦ ਕੀਤਾ ਤੁਹਾਡੇ ਪਰਿਵਾਰ ਵੱਲੋਂ? 17 ਬੱਚੇ ਅਤੇ ਇਸਤਰੀਆਂ ਸੀ ਜੀ, 4 ਭਰਾਵਾਂ ਦੀਆਂ। ਉਹਨਾਂ ਦੀ ਵੱਡੀ ਸਲੈਬ ਉਦੋਂ ਦਰਬਾਰ ਸਾਹਿਬ ਵਿਖੇ ਵੀ ਲੱਗੀ ਸੀ, ਹੁਣ ਸੁੰਦਰ ਕਰਨ ਦੇ ਨਾਂ 'ਤੇ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਸਲੈਬ ਜਿਹੜੀ ਉਤਾਰੀ ਗਈ ਹੈ।
ਉਹ ਸਨ 48 ਦੀ ਸਲੈਬ ਜਿਹੜੀ ਹੈ ਉੱਥੇ ਲੱਗੀ ਸੀ, 17 ਜੀਆਂ ਦੇ ਉੱਥੇ ਨਾਂ ਸਨ। ਪਰਿਵਾਰ ਵੱਲੋਂ ਉਦੋਂ 500 ਰੁਪਏ ਦੀ, ਉਦੋਂ ਜਦੋਂ 10 ਰੁਪਏ 12 ਰੁਪਏ 16 ਤੋਲਾ ਸੋਨਾ ਸੀ, ਉਦੋਂ ਭੇਟਾ ਦੇ ਕੇ ਉਹ ਸਲੈਬ ਉੱਥੇ ਲਗਾਈ ਗਈ ਸੀ। 17 ਜੀ ਸ਼ਹੀਦ ਹੋਏ। ਚਲੋ ਜੀ, ਜਦੋਂ ਵੀ ਆ ਦੇਣ ਆਉਂਦੇ ਨੇ, ਫਿਰ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹਿੰਦੇ ਨੇ? ਤੁਹਾਡੇ ਵੱਡ ਵਡੇਰੇ ਵੀ ਹੋਣਗੇ ਜੋ ਗੱਲਾਂ ਪਤਾ ਦੱਸਦੇ ਹੋਣਗੇ, ਕੀ ਹਾਲਾਤ ਰਹਿੰਦੇ ਨੇ? ਦੇਖੋ ਜੀ, ਜਦੋਂ ਤੱਕ ਸਾਡੇ ਵੱਡ ਵਡੇਰੇ ਸਨ, ਸਰਦਾਰ ਮੰਗਲ ਸਿੰਘ ਜੀ, ਸਰਦਾਰ ਰਣਜੀਤ ਸਿੰਘ ਜੀ, ਸਰਦਾਰ ਕੇਸਰ ਸਿੰਘ ਜੀ, ਉਹ ਤੇ ਉਹ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਸੀ। ਜਦੋਂ ਸਾਰਾ ਜੋ ਹੈ ਦੇਸ਼ ਸ਼ਹੀਦੀ ਦਿਹਾੜਾ ਮਨਾ ਰਿਹਾ, ਉਦੋਂ ਇਹ ਵਿਭਾਜਨ ਦਾ ਜੋ ਉਸ ਵਕਤ ਦੇ ਹੁਕਮਰਾਨਾਂ ਨੇ ਆਪਣੀ ਹਕੂਮਤ ਕਾਇਮ ਰੱਖਣ ਲਈ, ਚਾਹੇ ਉਹ ਪੰਡਿਤ ਨਹਿਰੂ ਸੀ, ਚਾਹੇ ਉਹ ਮੁਹੰਮਦ ਅਲੀ ਜਿਨਾਹ ਸੀ, ਐਡਾ ਵੱਡਾ ਜੋ ਹੈ ਉਹਨਾਂ ਦੀ ਇੱਕ ਕਹਿ ਲਓ ਕਿ ਆਪਣੀ ਸੱਤਾ ਦੀ ਲਾਲਸਾ ਦੇ ਲਈ ਐਡਾ ਵੱਡਾ ਕਤਲੇਆਮ ਹੋ ਗਿਆ, ਜਿਹਦੇ ਵਿੱਚ ਕਿ ਹਿੰਦੂ ਮੁਸਲਮਾਨ ਸਿੱਖ ਤਕਰੀਬਨ 10 ਲੱਖ ਬੰਦਾ ਜੋ ਹੈ ਮਾਰਿਆ ਗਿਆ। ਪਰ ਇਹ ਜੋ ਕੁਰਬਾਨੀ ਜਿਹੜੀ ਹੱਥੀਂ ਆਪਣੇ ਬੱਚਿਆਂ ਨੂੰ ਸ਼ਹੀਦ ਕਰਨ ਵਾਲੀ, ਇਹਦੀ ਮਿਸਾਲ ਕਿਤੇ ਨਹੀਂ ਮਿਲਦੀ। ਹੁਣ ਵੀ ਪ੍ਰੈਸ ਸਾਰੇ ਵਰਲਡ ਦੀ ਆਉਂਦੀ ਹੈ, ਇੰਟਰਵਿਊਆਂ ਸਾਡੀਆਂ ਲੈਂਦੀ ਹੈ ਵੀ ਤੁਸੀਂ ਉਸ ਪਰਿਵਾਰ ਦੇ ਵੰਸ਼ਜ ਹੋ ਕਿ ਜਿਨ੍ਹਾਂ ਨੇ ਆਪਣੇ ਹੱਥੀਂ 17 ਜੀ ਅਸੀਂ ਸ਼ਹੀਦ ਕੀਤੇ ਹੈ, ਕਿਉਂਕਿ ਅੱਜ ਅਸੀਂ ਆਪਣੇ ਬੱਚੇ ਨੂੰ ਇੱਕ ਟੀਕਾ ਇੱਕ ਟੱਕ ਵੀ ਨਹੀਂ ਲਵਾ ਸਕਦੇ। ਅਤੇ ਅਸੀਂ ਆਪ ਕਿਸੇ ਵੇਲੇ ਬੜਾ ਜਜ਼ਬਾਤੀ ਹੋ ਜਾਂਦੇ ਹਾਂ ਕਿ ਕਿੱਦਾਂ ਇਹ ਵੱਡਾ ਸਾਡਿਆਂ ਬਜ਼ੁਰਗਾਂ ਨੇ ਸਟੈਪ ਲਿਆ, ਅਤੇ ਕਿੱਡਾ ਵੱਡਾ ਜਿਹੜੇ ਸ਼ਹੀਦ ਹੋਣ ਵਾਲੇ ਉਹਨਾਂ ਨੇ ਕਿਸੇ ਨੇ ਸੀ ਨਹੀਂ ਕੀਤੀ, ਅੱਗੇ ਹੋ ਕੇ ਸਾਰਿਆਂ ਨੇ ਸ਼ਹੀਦੀਆਂ ਦਿੱਤੀਆਂ। ਲੇਕਿਨ ਚਲੋ ਜੀ, ਇਹ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖੀ ਨਹੀਂ ਛੱਡੀ, ਸਿੱਖੀ ਨਹੀਂ ਛੱਡੀ। ਕੀ ਲੱਗਦਾ ਹੈ ਕਿ ਅੱਜ ਵੀ ਪਰਿਵਾਰ ਜਿਹੜਾ ਹੈ ਉਸ ਚੀਜ਼ ਨੂੰ ਮੰਨਦਾ ਆ, ਔਰ ਪਰਿਵਾਰ ਸਾਬਤ ਸੂਰਤ ਹੈ, ਸਾਰਾ ਪਰਿਵਾਰ ਕਿਸ ਤਰ੍ਹਾਂ ਦੇ ਘਰ ਦੇ ਵਿੱਚ ਲਾ? ਦੇਖੋ ਜੀ, ਸਿੱਖੀ ਨੂੰ ਸਾਰਾ ਪਰਿਵਾਰ ਮੰਨਦਾ ਹੈ। ਸਿੱਖੀ ਹਰ ਸਾਲ ਜੋ ਸ਼ਹੀਦਾਂ ਦਾ ਇਹਨਾਂ ਦਿਨਾਂ ਦੇ ਵਿੱਚ 23 ਅਗਸਤ ਦੇ ਲਾਗੇ ਚਾਗੇ ਜੋ ਉਹਨਾਂ ਨੂੰ ਸ਼ਰਧਾਂਜਲੀ ਦੇਈਦੀ ਹੈ, ਉਹਨਾਂ ਨਮਿਤ ਅਖੰਡ ਪਾਠ ਰਹਾਈ ਦੇ ਹੈ ਜਾਂ ਉਹਨਾਂ ਨਮਿਤ ਲੰਗਰ ਲਾਈ ਦੇ, ਭਾਵੇਂ ਅਸੀਂ ਉਹਨਾਂ ਸ਼ਹੀਦਾਂ ਨੂੰ ਨਹੀਂ ਦੇਖਿਆ, ਬਜ਼ੁਰਗਾਂ ਤੋਂ ਸਾਰਾ ਸੁਣਿਆ, ਪਰ ਜੋ ਉਹਨਾਂ ਨੂੰ ਜੋ ਹਰ ਸਾਲ ਸ਼ਰਧਾ ਅਤੇ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਹੈ ਉਹ ਨਿਤ ਪਿਛਲੇ 78 ਸਾਲਾਂ ਤੋਂ ਚੱਲ ਰਿਹਾ। ਜਦੋਂ ਇਹ 14 ਤੇ 15 ਤਰੀਕ ਦੇ ਦੇਣ ਆਉਂਦਾ ਹੈ, ਸਾਰਾ ਦੇਸ਼ ਖੁਸ਼ੀਆਂ ਮਨਾਉਂਦਾ ਹੈ, ਕਿ ਥੋੜ੍ਹਾ ਜਿਹਾ ਰੰਜ ਨਹੀਂ ਲੱਗਦਾ ਕਿ ਸਾਡਾ ਪਰਿਵਾਰ ਸੀਗਾ ਸਾਰਾ ਉੱਧਰ ਸ਼ਹੀਦ ਹੋਇਆ, ਅੱਜ ਆਪਾਂ ਬੇਸ਼ੱਕ ਆਜ਼ਾਦੀ ਦੀ ਖੁਸ਼ੀ ਮਨਾ ਰਹੇ, ਲੇਕਿਨ ਉਹ ਲੋਕਾਂ ਦੀ ਜਾਨ ਦੇ ਕੇ ਜਾਂ ਉਹ ਲੋਕਾਂ ਦੀ ਕੁਰਬਾਨੀ ਦੇ ਕੇ ਕਿ ਜਿਹੜੇ ਇੱਥੇ ਆ ਸਕਦੇ ਸੀ, ਕੀ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਲੱਗਦਾ ਕਿ ਇਹ ਹੋਣੀਆਂ ਚਾਹੀਦੀਆਂ ਨੇ? ਜਿਸ ਤਰ੍ਹਾਂ ਬਹੁਤ ਲੋਕ ਸੈਲੀਬ੍ਰੇਟ ਵੀ ਕਰਦੇ ਨੇ, ਜਾਂ ਕਿਉਂਕਿ ਤੁਹਾਡਾ ਪਰਿਵਾਰ ਹੈ, ਤੁਸੀਂ ਆਪ ਕਹਿ ਰਹੇ ਹੋ ਕਿ 17 ਦੇ ਕਰੀਬ ਜਿਹੜੇ ਮੈਂਬਰ ਸੀਗੇ ਉਹਨਾਂ ਨੂੰ ਸ਼ਹੀਦ ਕੀਤਾ, ਕਿਤੇ ਨਾ ਕਿਤੇ ਲੱਗਦਾ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਰ? ਦੇਖੋ, ਉਸ ਟਾਈਮ ਦੇ ਜੋ ਹੁਕਮਰਾਨ ਸਨ ਉਹਨਾਂ ਨੇ ਆਪਣੀ ਸੱਤਾ ਦੇ ਲਈ ਇਸ ਚੀਜ਼ ਨੂੰ ਜੋ ਹੈ ਅੰਜਾਮ ਹੋਣ ਦਿੱਤਾ, ਇਹ ਚੀਜ਼ ਰੋਕੀ ਜਾ ਸਕਦੀ ਸੀ। ਸਾਰੇ ਹਿੰਦੂ ਸਿੱਖ ਲਹਿੰਦੇ ਪੰਜਾਬ ਵੱਲ ਜ਼ਿਆਦਾ ਰਹਿੰਦੇ ਨੇ, ਅੱਜ ਵੀ ਪੰਜਾਬ ਦੀ 60% ਆਬਾਦੀ ਸਾਰੀ ਉੱਥੋਂ ਹੀ ਇੱਧਰ ਆਈ ਹੈ 47 'ਚ, ਅਤੇ ਇਸ ਚੀਜ਼ ਨੂੰ ਰੋਕਿਆ ਜਾ ਸਕਦਾ, ਇਹ ਸਿਸਟਮ ਲਈ ਇਹਨੂੰ ਆਪਾਂ ਇਹ ਕਰ ਸਕਦੇ, ਪਰ ਉਹਨਾਂ ਦੀ ਸੱਤਾ ਦੀ ਉਹਨਾਂ ਨੂੰ ਇੱਕ ਲਾਲਸਾ ਵੀ ਦਵਾਦਾ, ਉਹ ਪ੍ਰਾਈਮ ਮਿਨਿਸਟਰ ਮੁਹੰਮਦ ਅਲੀ ਜਿਨਾ ਉੱਧਰ ਬਣਜੇ, ਇੱਧਰ ਜਵਾਹਰ ਲਾਲ ਨਹਿਰੂ ਬਣਜੇ। ਪਰ ਸਾਨੂੰ ਇਹ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਲੋਕਾਂ ਦੇ ਜਿਵੇਂ ਕਈ ਉਦੋਂ ਕਤਲ ਗਾਰਤ ਦੇ ਵਿੱਚ ਕਤਲ ਕੀਤੇ ਗਏ ਹੈ, ਸਾਡੇ ਪਰਿਵਾਰ ਦੇ ਮੈਂਬਰ ਕਤਲ ਨਹੀਂ ਕੀਤੇ ਗਏ, ਸਾਡੇ ਪਰਿਵਾਰ ਦੇ ਮੈਂਬਰਾਂ ਨੇ ਸ਼ਹੀਦੀਆਂ ਦਿੱਤੀਆਂ ਆਪਣੀ ਧਰਮ ਦੀ ਖਾਤਰ, ਆਪਣੇ ਦੇਸ਼ ਦੀ ਖਾਤਰ। ਅੱਜ ਮੈਂ ਦੇਖਦਾ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਸ੍ਰੀ ਨਰਿੰਦਰ ਮੋਦੀ ਜੀ, ਉਹਨਾਂ ਦੀ ਕੈਬਨਿਟ, ਸਰਦਾਰ ਹਰਦੀਪ ਸਿੰਘ ਜੀ, ਪੂਰੀ ਮਿਨਿਸਟਰ, ਅੱਜ ਉਹਨਾਂ ਦੇ ਯਤਨਾਂ ਦੇ ਨਾਲ ਜਿੱਥੇ ਜਿੱਥੇ ਵੀ ਮਨੋਰਟੀ ਦੇ ਵਿੱਚ ਇੰਡੀਅਨ ਜਾਂ ਇੰਡੀਅਨ ਸੱਭਿਅਤਾ ਦੇ ਲੋਕ ਵਰਲਡ 'ਚ ਕਿਤੇ ਰਹਿੰਦੇ ਨੇ, ਅੱਜ ਨਰਿੰਦਰ ਮੋਦੀ ਜੀ ਉਹਨਾਂ ਦੀ ਬਾਂਹ ਫੜ ਰਹੇ ਨੇ, ਪ੍ਰਧਾਨ ਮੰਤਰੀ ਜੀ,
ਅਜੇ ਹੁਣ ਤੁਸੀਂ ਬੰਗਲਾਦੇਸ਼ ਵੇਖ ਲਓ ਕੀ ਹੋ ਰਿਹਾ, ਸਾਰੀ ਸਰਕਾਰ ਉੱਥੋਂ ਦੇ ਸਾਡੇ ਹਿੰਦੂ ਵੀਰਾਂ ਦੇ ਨਾਲ ਖਲੋਤੀ ਹੈ। ਅਤੇ ਇਹ ਇਹ ਅਸੀਂ ਜਿਹੜੇ ਪ੍ਰਾਊਡ ਵੀ ਫੀਲ ਕਰਦੇ ਹਾਂ, ਵੀ ਆਰ ਪ੍ਰਾਊਡ ਆਫ ਯੂ, ਕਿ ਅਸੀਂ ਪ੍ਰਾਊਡ ਆਫ ਅਸ, ਕਿ ਅਸੀਂ ਸ਼ਹੀਦਾਂ ਦਾ ਪਰਿਵਾਰ ਹਾਂ ਜਿਨ੍ਹਾਂ ਨੇ ਆਪਣਾ ਸਿੱਖੀ ਸਿਦਕ ਨਹੀਂ ਛੱਡਿਆ, ਆਪਣੀ ਦੇਸ਼ ਕੌਮ ਨੂੰ ਨੀਵਾਂ ਨਹੀਂ ਹੋਣ ਦਿੱਤਾ। ਇੰਨੇ ਸੰਪੰਨ ਪਰਿਵਾਰ ਹੋਣ ਦੇ ਬਾਵਜੂਦ ਵੀ ਇਹ ਸ਼ਹੀਦੀਆਂ ਦਾ ਜਿਹੜਾ ਉਹਨਾਂ ਨੇ ਫੰਦਾ ਜਿਹੜਾ ਉਹ ਚੁੰਮਿਆ, ਬਹਾਦਰ ਤੇ ਕਿ ਉਹ ਵਾਪਸ ਆ ਵੀ ਸਕਦੇ ਸੀ, ਸਾਰੇ ਜਿੱਦਾਂ ਵੀ ਬਚ ਸਕਦੇ ਸੀ। ਇੰਨਾ ਸੰਪੰਨ ਪਰਿਵਾਰ ਸੀ ਜਿਹਦਾ 100 ਪਿੰਡਾਂ 'ਚ ਜਿਹਦੀ ਤੂਤੀ ਬੋਲਦੀ ਸੀ, ਉਹ ਆਪਣਾ ਸਾਰਾ ਸੰਪੰਨਤਾ ਬਹਾਲ ਕਰ ਸਕਦਾ ਸੀ, ਪਰ ਉਹਨਾਂ ਨੇ ਆਪਣਾ ਧਰਮ ਸਿੱਖੀ ਸਿਦਕ ਅਤੇ ਆਪਣਾ ਜੋ ਦੇਸ਼ ਨੂੰ ਨੀਵਾਂ ਨਹੀਂ ਹੋਣ ਦਿੱਤਾ ਅਤੇ ਸ਼ਹੀਦੀਆਂ ਨੂੰ ਉਹਨਾਂ ਨੇ ਪਹਿਲ ਦਿੱਤੀ। ਤੁਸੀਂ ਦੱਸਿਆ ਕਿ 1948 ਦੇ ਵਿੱਚ ਜਿਹੜੀ ਸੀਗੀ ਤੁਹਾਡੇ ਵੱਲੋਂ ਸੀਲ ਜਿਹੜੀ ਸੀਗੀ ਤੁਹਾਡੇ ਪਰਿਵਾਰ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਲਗਾ ਦਿੱਤੀ ਗਈ। ਹੁਣ ਤੁਸੀਂ ਕਦੀ ਗੱਲਬਾਤ ਨਹੀਂ ਕੀਤੀ ਕਿ ਉਹ ਸੀਲ ਕਿਉਂ ਉਤਾਰ ਦਿੱਤੀ ਗਈ, ਜੇਕਰ ਉਤਾਰੀ ਗਈ ਤਾਂ ਕਿਸੇ ਹੋਰ ਜਗ੍ਹਾ 'ਤੇ ਜਿਹੜੀ ਆ ਉਹ ਲਗਾ ਦਿੱਤੀ ਜਾਵੇ ਤਾਂ ਜੋ ਕਿ ਲੋਕ ਇਗਜ਼ੈਂਪਲ ਜਿਹੜੀ ਆ ਉਹ ਸੈੱਟ ਜਿਹੜੀ ਤੁਹਾਡੇ ਪਰਿਵਾਰ ਵੱਲੋਂ ਕੀਤੀ ਗਈ ਉਹਨੂੰ ਯਾਦ ਕਰ ਸਕਣ। ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਲ ਤਾਂ ਤੁਸੀਂ ਦੇਖਦੇ ਹੀ ਪਏ ਹੋ, ਰੋਜ਼ ਕੀ ਹੋਣ ਡਿਆ ਉੱਥੋਂ ਦੇ ਜੋ ਮੈਨੇਜਮੈਂਟ ਹੈ ਉੱਥੋਂ ਦੀ ਸੱਤਾ। ਸੁੰਦਰੀਕਰਨ ਦੇ ਨਾਂ 'ਤੇ ਉਹਨਾਂ ਨੇ ਉਹ ਜੋ ਉੱਥੋਂ ਦੀ ਯਾਦਗਾਰ ਉਤਾਰੀ ਹੈ, ਉਹਨਾਂ ਦਾ ਫਰਜ਼ ਬਣਦਾ ਸੀ ਕਿ ਸਾਡੀ ਜੋ ਆਉਣ ਵਾਲੀਆਂ ਪੀੜ੍ਹੀਆਂ ਉੱਥੋਂ ਪ੍ਰੇਰਣਾ ਲੈਣ ਕਿ ਕਿਵੇਂ ਜੋ ਉਹਨਾਂ 17 ਜੀਆਂ ਨੇ ਆਪਣੇ ਆਪ ਨੂੰ ਸ਼ਹੀਦ ਕਰਾਉਣਾ ਬਿਹਤਰ ਸਮਝਿਆ, ਬਜਾਏ ਕਿ ਕੋਈ ਹੋਰ ਧਰਮ ਕਬੂਲਣ ਦੇ ਜਾਂ ਬਜਾਏ ਕਿ ਆਪਣਾ ਬੇਇੱਜ਼ਤ ਹੋਣ ਦੇ, ਉਹਨਾਂ ਨੇ ਆਪਣਾ ਸਿੱਖੀ ਧਰਮ ਦੇ ਲਈ ਕੁਰਬਾਨੀਆਂ ਦਿੱਤੀਆਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਉੱਥੋਂ ਪਤਾ ਲੱਗਣਾ ਸੀ। ਪਰ ਜੋ ਸ਼੍ਰੋਮਣੀ ਕਮੇਟੀ ਦੀ ਮੈਨੇਜਮੈਂਟ ਹੈ, ਜੋ ਉੱਥੋਂ ਦੇ ਹੁਕਮਰਾਨ ਨੇ, ਉਹ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਕੀ ਸਿਸਟਮ ਚੱਲ ਰਿਹਾ, ਲੋਕ ਵੀ ਉਹਨਾਂ ਤੋਂ ਬੜੇ ਦੁਖੀ ਹੋ ਗਏ ਨੇ। ਪ੍ਰਧਾਨ ਸਾਹਿਬ ਨੂੰ ਮੈਂ ਪ੍ਰਧਾਨ ਸਾਹਿਬ ਨੂੰ ਇਸ ਬਾਬਤ 'ਤੇ ਨਹੀਂ ਮਿਲਿਆ, ਥੱਲੇ ਮੈਂ ਜੋ ਮੈਨੇਜਰ ਹੈ ਉਹਨਾਂ ਨੂੰ 2-3 ਵਾਰੀ ਭੇਜਿਆ, ਪਰ ਉਹ ਇਸ ਸੰਬੰਧੀ ਜੋ ਮੈਨੂੰ ਨਹੀਂ ਲੱਗਦਾ ਕਿ ਕੋਈ ਸ਼ਹੀਦਾਂ ਦੇ ਜੋ ਸਲੈਬ ਨੂੰ ਇੰਨਾ ਇੰਟਰਸਟ, ਉਹਨੂੰ ਕਹਿੰਦੇ ਜੀ ਜਿੱਥੇ ਸਾਨੂੰ ਜਗ੍ਹਾ ਮਿਲੇਗੀ ਅਸੀਂ ਉੱਥੇ ਉਹਨੂੰ ਲਗਾ ਦਿਆਂਗੇ, ਪਰ ਉਹ ਉਸਨੂੰ ਪ੍ਰਫੁੱਲਤਾ ਦੇ ਤੌਰ 'ਤੇ ਉਹਨੂੰ ਜੋ ਹੈ ਪਹਿਲ ਦੇ ਆਧਾਰ 'ਤੇ ਉੱਥੇ ਲਗਾਉਣਾ ਚਾਹੀਦਾ, ਜਿੱਥੇ ਕਿ ਹਰ ਜੋ ਸ਼ਰਧਾਲੂ ਹੈ ਜੋ ਮੱਥਾ ਟੇਕਣ ਵਾਲਾ ਪੜ੍ਹ ਕੇ ਉਹਨੂੰ ਇੰਸਪੀਰੇਸ਼ਨ ਮਿਲੇ ਆਪਣੇ ਧਰਮ ਦੇ ਪ੍ਰਤੀ, ਉਹ ਜਾਗਰੂਕ ਹੋਵੇ ਕਿ ਦੇਖੋ ਅਸੀਂ ਕਿੰਨਾ ਕਿੰਨਾ ਕਿੰਨੇ ਕਿੰਨਾ ਕਿਸ ਕੌਮ ਦੇ ਅਸੀਂ ਵਾਰਿਸ ਹਾਂ। ਮਲਾਲ ਹੁੰਦਾ ਹੈ ਜੀ ਕਿ ਏਡਾ ਵੱਡੀ ਕੁਰਬਾਨੀ, ਉਸ ਤੋਂ ਬਾਅਦ ਫਿਰ ਜਦੋਂ ਜਹਾਦ ਕਰਨੀ ਪੈ ਰਹੀ ਹੈ ਜੀ ਸੇਲ ਲਵਾਉਣ ਵਾਸਤੇ। ਵੇਖੋ ਮਲਾਲ ਵੀ ਹੁੰਦਾ ਹੈ ਅਤੇ ਸਾਡੇ ਬਜ਼ੁਰਗਾਂ ਨੇ ਕਦੀ ਸ਼ਹੀਦਾਂ ਦਾ ਮੁੱਲ ਵੱਟਣ ਦੀ ਕਦੀ ਕੋਸ਼ਿਸ਼ ਵੀ ਨਹੀਂ ਕੀਤੀ, ਕਿਉਂਕਿ ਇੱਥੇ ਵੀ ਮਹਾਰਾਜ ਨੇ ਉਹਨਾਂ 'ਤੇ ਬੜੀ ਅਪਾਰ ਕਿਰਪਾ ਕੀਤੀ ਅਤੇ ਕਦੀ ਸ਼ਹੀਦਾਂ ਦਾ ਮੁੱਲ ਨਹੀਂ ਵੱਟਿਆ। ਅਤੇ ਜੋ ਸਰਕਾਰਾਂ ਵੱਲੋਂ ਵੀ ਉਹਨਾਂ ਨੂੰ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਸੀ, ਉਹ ਵੀ ਜੋ ਹੈ ਅੱਜ ਤੱਕ ਕਿਸੇ ਸਰਕਾਰ ਨੇ ਬਾਂਹ ਨਹੀਂ ਫੜੀ, ਪਰ ਅਸੀਂ ਸਾਨੂੰ ਕੋਈ ਰੰਜਿਸ਼ ਨਹੀਂ, ਕੋਈ ਮਲਾਲ ਨਹੀਂ, ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਹਰ ਸਾਲ ਉਸੇ ਤਰ੍ਹਾਂ ਹੀ ਮਨਾਉਂਦੇ ਚਲੇ ਜਾ ਰਹੇ ਹਾਂ। ਅਤੇ ਸਾਨੂੰ ਪ੍ਰਾਊਡ ਹੈ ਕਿ ਸਾਡੇ ਜੋ ਵੱਡਿਆਂ ਵਡੇਰਿਆਂ ਨੇ ਦੇਸ਼ ਅਤੇ ਧਰਮ ਲਈ ਏਡੀ ਵੱਡੀ ਕੁਰਬਾਨੀ ਦਿੱਤੀ ਹੈ, ਜਿਹਦੀ ਕਿ ਕਿਤੇ ਮਿਸਾਲ ਨਹੀਂ ਮਿਲਦੀ। ਬਿਲਕੁਲ, ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਪਰਿਵਾਰ 'ਤੇ 17 ਜੀ ਜਿਹੜੇ ਸੀਗੇ ਉਹਨਾਂ ਨੇ ਸਿੱਖੀ ਸਿੱਧਕ ਜਿਹੜਾ ਸੀਗਾ ਉਹ ਨਹੀਂ ਹਾਰਿਆ, ਲੇਕਿਨ ਲਗਾਤਾਰ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ, ਆਪਣੇ ਦੇਸ਼ ਦੀ ਗੱਲ ਕੀਤੀ ਜਾਵੇ, ਇੱਥੇ ਹਾਰਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ। ਹਾਲਾਂਕਿ ਜਦੋਂ 1947 ਦੀ ਵੰਡ ਹੋਈ ਬਹੁਤ ਕਤਲੋਗਾਰਦ ਹੋਈ, ਬਹੁਤ ਸਾਰੇ ਲੋਕ ਬੇਵਜ੍ਹਾ ਜਿਹੜੇ ਸੀਗੇ ਉਹ ਕਤਲੋਗਾਰਦ ਹੋਏ, ਲੇਕਿਨ ਇਸ ਪਰਿਵਾਰ ਵੱਲੋਂ ਆਪਣੀ ਸਿੱਖੀ ਸਰੂਪ ਨੂੰ ਪਹਿਲ ਦਿੰਦੇ ਹੋਏ, ਸਿੱਖੀ ਨਾਂ ਤਿਆਗਦੇ ਹੋਏ
ਜਿਹੜਾ ਸੀਗਾ ਆਪਣੀ ਕੁਰਬਾਨੀ ਦੇਣ ਦਾ ਜਿਹੜਾ ਸੀਗਾ ਉਹ ਫੈਸਲਾ ਕੀਤਾ ਗਿਆ। ਲੇਕਿਨ ਕਿਤਨਾ ਕਿਤੇ ਅਸੀਂ ਦੇਸ਼ ਦੀ ਆਜ਼ਾਦੀ ਦੇ 78ਵੇਂ ਵਰ੍ਹੇਗੰਢ 'ਤੇ ਮਨਾ ਰਹੇ ਹਾਂ, ਲੇਕਿਨ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਸਾਡੇ ਅੱਗੇ ਆਉਣੀਆਂ ਜ਼ਰੂਰ ਚਾਹੀਦੀਆਂ, ਤਾਂ ਜੋ ਕਿ ਸਾਡੇ ਆਉਣ ਵਾਲੇ ਨੌਜਵਾਨ ਪੀੜ੍ਹੀਆਂ ਇਸ ਤੋਂ ਇੰਸਪਾਇਰ ਹੋ ਕੇ ਆਪਣੀ ਜਿਹੜੀ ਸੀਗੀ ਜਿਸ ਤਰ੍ਹਾਂ ਸਿੱਖੀ ਸਰੂਪ ਨਾਲ ਰਿਹਾ ਜਾ ਸਕੇ, ਉਸ ਤੋਂ ਜਿਹੜੀ ਇੰਸਪਾਇਰ ਜਿਹੜਾ ਆ ਹੋ ਸਕੇ। ਕਰ ਚਾਵਲਾ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ, ਤਾਂ ਜੋ ਕਿ ਉਹ ਜਿਹੜੀ ਸੇਲ ਜਿਹੜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਈ ਗਈ ਸੀ ਉਹਨੂੰ ਦੁਬਾਰਾ ਤੋਂ ਜਿਹੜਾ ਸੀ ਸਟੈਬਲਿਸ਼ ਕੀਤਾ ਜਾਵੇ, ਤਾਂ ਜੋ ਕਿ ਨੌਜਵਾਨ ਉੱਥੇ ਜਾ ਕੇ ਸੇਧ ਜਿਹੜੀ ਆ ਉਹ ਲੈ ਸਕਣ। ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ ਉਹ ਉਸ ਉੱਤੇ ਸੇਲ ਜਿਹੜੀ ਹੈ ਲਗਾਉਂਦੀ ਹੈ ਜਾਂ ਨਹੀਂ ਲਗਾਉਂਦੀ, ਇਹਦਾ ਸਮਾਂ ਦੱਸੇਗਾ। ਲੇਕਿਨ ਕਿਤੇ ਨਾ ਕਿਤੇ ਕੁਰਬਾਨੀ ਜਿਹੜੀ ਹੈ ਇਸ ਪਰਿਵਾਰ ਦੀ ਬਹੁਤ ਵੱਡੀ ਹੈ। ਕੈਮਰਾਮੈਨ ਵਾਇਸ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ ਸਾਹਿਬ।